ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਹੈਲੋ ਐਵਰੀਵਨ, ਸਾਡਾ ਅੱਜ ਦਾ ਕੁਐਸਚਨ ਹੈ, ਸਾਨੂੰ ਮੈਟ੍ਰਿਸਿਸ ਗਿਵਨ ਨੇ ਏ ਤੇ ਬੀ। ਸੋ ਏ ਤੇ ਬੀ ਸਾਡੇ ਕੋਲ ਇਹ ਮੈਟ੍ਰਿਸਿਸ ਜੋ ਨੇ ਇਹ ਗਿਵਨ ਨੇ। ਸੋ ਅਸੀਂ ਵੈਰੀਫਾਈ ਕਰਨਾ ਹੈ ਕਿ ਏ ਬੀ ਟ੍ਰਾਂਸਪੋਜ਼ ਇਜ਼ ਇਕੁਅਲ ਟੂ ਬੀ ਟ੍ਰਾਂਸਪੋਜ਼ ਇਨਟੂ ਏ ਟ੍ਰਾਂਸਪੋਜ਼। ਸੋ ਆਵਲ ਸੀ ਇਸ ਦਾ ਸੋਲੂਸ਼ਨ ਜੋ ਹੈ ਉਹ ਦੇਖਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਏ ਤੇ ਬੀ ਮੈਟ੍ਰਿਸਿਸ ਗਿਵਨ ਨੇ। ਸੋ ਅਸੀਂ ਏ ਇਨਟੂ ਬੀ ਜੋ ਹੈ ਇਹ ਕੈਲਕੂਲੇਟ ਕਰ ਲੈਂਦੇ ਹਾਂ। ਸੋ ਏ ਇਨਟੂ ਬੀ ਸਾਡੇ ਕੋਲ ਕੀ ਆ ਜਾਏਗਾ, ए इंटू बी यानी कि 1 - 4 - 3 - -1 - 2, 1। सो इन्हों नू मल्टीप्लाई करना है तो मल्टीप्लाई करके साडे को आ जाएगा 1 - -1 - 1 - 4 - 2 - 8 and 3 - 1 - 3। सो ए दा आ गई साडे को ए बी दी वैल्यू। सो ए बी दी वैल्यू आ गई है, असी ए बी ट्रांसपोज की वैल्यू कंप्यूट करनी है। सो ए बी ट्रांसपोज हो जाएगा साढ़े को ए सारी मैट्रिसेस का ट्रांसपोज। सो ये कितना आ जाएगा, रो जो है वो कॉलम के विच कन्वर्ट हो जाएगी। सो ये आ गया -1 - -8 - 3। सो ये आ गई साढ़े को ए बी ट्रांसपोज की वैल्यू। नैक्सट असं देखते हाँ बी ट्रांसपोज से ए ट्रांसपोज की वैल्यू। ਨਾਓ ਸਾਡੇ ਕੋਲ ਏ ਹੈ ਬੀ ਦੀ ਵੈਲਿਊ ਤੇ ਏ ਦੀ ਵੈਲਿਊ। ਸੋ ਬੀ ਟ੍ਰਾਂਸਪੋਜ਼ ਏ ਟ੍ਰਾਂਸਪੋਜ਼ ਕਿੰਨਾ ਹੋ ਜਾਏਗਾ, ਬੀ ਟ੍ਰਾਂਸਪੋਜ਼ ਸਾਡੇ ਕੋਲ ਆ ਜਾਏਗਾ -1, 2 and 1 and ਏ ਟ੍ਰਾਂਸਪੋਜ਼ ਸਾਡੇ ਕੋਲ ਆ ਜਾਏਗਾ 1 - 4 - 3। ਸੋ ਨੈਕਸਟ ਅਸੀਂ ਕੰਪਿਊਟ ਕਰਨਾ ਹੈ ਬੀ ਟ੍ਰਾਂਸਪੋਜ਼ ਇੰਟੂ ਏ ਟ੍ਰਾਂਸਪੋਜ਼ ਯਾਨੀ ਕਿ 1 - 1 - 2, 1। ਮਲਟੀਪਲਾਈ ਕਰਵਾਉਣਾ ਹੈ 1 - 4 - 3 ਦੇ ਨਾਲ। ਸੋ ਇਹ ਸਾਡੇ ਕੋਲ ਕਿੰਨਾ ਆ ਜਾਏਗਾ ਬੀ ਟ੍ਰਾਂਸਪੋਜ਼ ਏ ਟ੍ਰਾਂਸਪੋਜ਼ -1 - 1। ਇਹ ਸਾਡੇ ਕੋਲ ਆ ਗਿਆ -1 - 1 - 1 - 2 - -4 - 1। ਸੋ 2 - -4 - -8 and 1 - 3 - 3। ਸੋ ਇਹ ਸੇਮ ਆ ਰਿਹਾ ਹੈ ਸਾਡੇ ਕੋਲ ਏ ਬੀ ਟ੍ਰਾਂਸਪੋਜ਼ ਇਕੁਅਲ। ਸੋ ਇਹਦੀ ਵੈਲਿਊ ਸੇਮ ਆ ਰਹੀ ਹੈ ਏ ਬੀ ਆਫ ਟ੍ਰਾਂਸਪੋਜ਼ ਇਕੁਅਲ। ਇਟ ਮੀਨਸ ਕਿ ਬੀ ਟ੍ਰਾਂਸਪੋਜ਼ ਏ ਟ੍ਰਾਂਸਪੋਜ਼ ਸਾਡਾ ਏ ਬੀ ਟ੍ਰਾਂਸਪੋਜ਼ ਇਕੁਅਲ ਹੋ ਗਿਆ। ਸੋ ਇਹਦੇ ਨਾਲ ਸਾਡਾ ਰਿਜ਼ਲਟ ਜੋ ਹੈ ਉਹ ਪ੍ਰੂਫ ਹੋ ਗਿਆ। ਥੈਂਕ ਯੂ।